ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ SST ਕਲਾਸ ਦੇ ਵਿੱਚ ਮੋਸਟ ਵੈਲਕਮ ਜੀ ਆਇਆਂ ਨੂੰ। ਤਾਂ SST ਲਗਾਤਾਰ ਜਿਹੜਾ ਅਸੀਂ ਪ੍ਰੈਕਟਿਸ ਦੇ ਨਾਲ ਚੱਲਦੇ ਹਾਂ, ਤਾਂ ਅੱਜ ਅਸੀਂ ਕਰਾਂਗੇ ਗੱਲ ਮੈਪ ਦੀ, ਭਾਰਤ ਦੇ ਨਕਸ਼ੇ ਦੀ। ਠੀਕ ਹੈ, ਤਾਂ ਭਾਰਤ ਦੇ ਅੱਜ ਅਸੀਂ ਕਰਨ ਜਾ ਰਹੇ ਹਾਂ ਬੇਟਾ ਗੁਆਂਢੀ ਦੇਸ਼। ਠੀਕ ਹੈ, ਮੈਪ ਵਿੱਚ ਜ਼ਿਆਦਾ ਕੁਛ ਨਹੀਂ ਹੈ, ਅਭਿਆਸ ਹੈ। ਜਿੰਨਾ ਜ਼ਿਆਦਾ ਬੇਟਾ ਤੁਸੀਂ ਅਭਿਆਸ ਕਰ ਲਓਗੇ, ਠੀਕ ਹੈ ਜੀ, ਉਨਾ ਜ਼ਿਆਦਾ ਤੁਸੀਂ ਇਹਦੇ ਵਿੱਚ ਜਿਹੜੀ ਹੈਗੀ ਆ ਪਰਫੈਕਟ ਹੋ ਸਕਦੇ ਹਾਂ। ਗੁਆਂਢੀ ਦੇਸ਼ ਕਰਾਂਗੇ ਅਸੀਂ, ਭਾਰਤ ਦੇ ਨਾਲ ਲੱਗਦੇ ਦੇਸ਼ ਕਿਹੜੇ ਕਿਹੜੇ ਆ ਸਾਡੇ। ਠੀਕ ਹੈ, ਸਾਡੇ ਗੁਆਂਢੀ ਹੈਗੇ ਆ, ਤਾਂ ਤੁਸੀਂ ਨਾਲ ਨਾਲ ਜਿਹੜਾ ਹੈਗਾ ਵੀਡੀਓ ਨੂੰ ਦੇਖਣ ਤੋਂ ਬਾਅਦ ਇੱਕ ਵਾਰੀ ਅਭਿਆਸ ਜ਼ਰੂਰ ਕਰਨਾ ਹੈਗਾ। ਅਭਿਆਸ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਸਾਡਾ ਜੀ, ਕਹਿੰਦੇ ਇੱਕ ਬੜਾ ਪਿਆਰਾ ਦੇਸ਼ ਹੈ। ਠੀਕ ਹੈ, ਕਿਹੜਾ ਦੇਸ਼ ਹੈ ਜੀ? ਪਾਕਿਸਤਾਨ। ਠੀਕ ਹੈ ਜੀ, ਲਓ ਜੀ ਪਾਕਿਸਤਾਨ, ਸਭ ਤੋਂ ਪਹਿਲਾਂ ਗੱਲ ਕੀਤੀ ਹੈ ਜੀ ਪਾਕਿਸਤਾਨ ਦੀ। ਤਾਂ ਪਾਕਿਸਤਾਨ ਕਿੱਥੇ ਹੈ ਜੀ? ਪਾਕਿਸਤਾਨ ਦੱਸੋ ਜੀ ਹੈ ਕਿੱਥੇ? ਲਓ ਜੀ ਪਾਕਿਸਤਾਨ ਆ ਗਿਆ ਜੀ। ਇਹ ਸਾਰਾ ਏਰੀਆ ਜਿਹੜਾ ਹੈਗਾ ਇਹਨੂੰ ਅਸੀਂ ਕਹਾਂਗੇ ਪਾਕਿਸਤਾਨ। ਠੀਕ ਹੈ, ਔਰ ਥੋੜ੍ਹਾ ਜਿਹਾ ਹੋਰ ਤੁਹਾਨੂੰ ਨਜ਼ਦੀਕੀ ਦਿਖਾ ਦਈਏ। ਲਓ ਜੀ, ਇਹ ਹੈ ਜੀ ਸਾਡਾ ਪਾਕਿਸਤਾਨ। ਠੀਕ ਹੈ ਜੀ, ਅੱਗੇ ਅਸੀਂ ਚੱਲਦੇ ਹਾਂ। ਅਗਲਾ ਜਿਹੜਾ ਹੈਗਾ ਪਾਕਿਸਤਾਨ ਦੇ ਉੱਪਰ ਹੀ ਕੀ ਹੈ ਜੀ? ਅਫਗਾਨਿਸਤਾਨ। ਠੀਕ ਹੈ, ਇਹ ਹੈਗਾ ਜੀ ਸਾਡਾ ਅਫਗਾਨਿਸਤਾਨ। ਅਗਰ ਕੋਈ ਲਿਖਣ ਦੇ ਵਿੱਚ ਕੋਈ ਤੁਹਾਨੂੰ ਲੱਗੇ ਕਿ ਕਿਤੇ ਕੋਈ ਥੋੜ੍ਹੀ ਬਹੁਤ ਗੜਬੜ ਹੋਈ ਹੈ, ਇਹ ਵੀ ਸਾਡਾ ਗੁਆਂਢੀ ਦੇਸ਼ ਆ ਜੀ। ਇਹਦੇ ਨਾਲ ਵੀ ਸਾਡੀ ਜਿਹੜੀ ਹੈਗੀ ਆ ਸੀਮਾ ਤੁਸੀਂ ਦੇਖ ਰਹੇ ਹੋਵੋਗੇ, ਉੱਪਰ ਵਾਲੇ ਪਾਸੇ ਥੋੜ੍ਹੀ ਸੀਮਾ ਜਿਹੜੀ ਇਹਦੇ ਨਾਲ ਸਾਡੀ ਇੱਥੋਂ ਜਿਹੜੀ ਹੈਗੀ ਹੈ ਥੋੜ੍ਹੀ ਟੱਚ ਹੁੰਦੀ ਹੈ। ਲੱਦਾਖ ਜਿਹੜਾ ਸਾਡਾ ਕੇਂਦਰ ਸ਼ਾਸਿਤ ਪ੍ਰਦੇਸ਼ ਇਹਦੇ ਉੱਪਰਲੇ ਸਿਰੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅੱਗੇ ਸਾਡਾ ਗੁਆਂਢੀ ਦੇਸ਼ ਹੈ ਜੀ, ਇੱਥੇ ਹੀ ਹੈ ਜੀ, ਔਰ ਚੀਨ। ਠੀਕ ਹੈ, ਤਾਂ ਚੀਨ ਹੈ ਜੀ ਸਾਡਾ ਗੁਆਂਢੀ ਦੇਸ਼। ਇਹ ਦੇਖ ਲਓ ਬਈ, ਇਹ ਚੀਨ ਹੈ। ਠੀਕ ਹੈ, ਅਫਗਾਨਿਸਤਾਨ ਹੈ ਇੱਧਰ, ਅਲੱਗ ਅਲੱਗ ਕਲਰਸ ਦੇ ਵਿੱਚ ਵੀ ਤੁਹਾਨੂੰ ਇਹਦਾ ਜਿਹੜਾ ਦਿਖਾ ਦਿੰਦੇ ਆਪਾਂ। ਠੀਕ ਹੈ, ਔਰ ਅਗਲਾ ਜਿਹੜਾ ਗੁਆਂਢੀ ਦੇਸ਼ ਹੋਏਗਾ ਸਾਡਾ ਜੀ ਨੇਪਾਲ। ਠੀਕ ਹੈ ਜੀ, ਤਾਂ ਨੇਪਾਲ ਹੈ ਕਿੱਥੇ ਜੀ? ਲਓ ਜੀ, ਇਹ ਨੇਪਾਲ ਹੀ ਹੈ। ਥੋੜ੍ਹਾ ਇਹਨੂੰ ਅਸੀਂ ਜੇ ਦੇਖੀਏ ਤਾਂ ਇਹ ਜਿਹੜਾ ਸਾਡਾ ਉੱਤਰ ਪ੍ਰਦੇਸ਼ ਦੇ ਉੱਪਰ ਹੈ, ਇਹ ਨੇਪਾਲ ਹੈ। ਠੀਕ ਹੈ, ਔਰ ਜੇ ਕਲੈਰਿਟੀ ਲੈ ਕੇ ਆਉਣੀ ਆ ਤਾਂ ਦੇਖੋ ਤੁਹਾਨੂੰ ਹੋਰ ਜਿਹੜਾ ਥੋੜ੍ਹਾ ਜਿਹਾ ਸਾਫ਼ ਦਿਖਾ ਦਿੰਦੇ ਹਾਂ। ਦੇਖੋ ਇਹ ਕੀ ਹੈ? ਇਹ ਹੈ ਨੇਪਾਲ। ਇੱਥੇ ਥੋੜ੍ਹੀ ਜਿਹੀ ਇਹ ਜਿਹੜੀ ਬਣਦੀ ਹੈ ਪੱਟੀ, ਇਹ ਨੇਪਾਲ ਦੀ ਹੈ ਸਾਰੀ। ਠੀਕ ਹੈ, ਹੋਰ ਕਲੀਅਰ ਕਰ ਦਿੰਦੇ ਹਾਂ ਬਈ, ਇਹ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈ ਔਰ ਇੱਥੇ ਸਿੱਕਮ ਸਾਡਾ ਹੈ, ਇੱਥੇ ਖਤਮ ਹੁੰਦਾ ਹੈ, ਔਰ ਇੰਨੀ ਕੁ ਬਾਉਂਡਰੀ ਹੈ ਇਹਦੀ ਸਾਡੇ ਨਾਲ ਜਿਹੜੀ ਇਹ ਟੱਚ ਕਰ ਰਹੀ ਹੈ, ਇਹ ਹੈ ਨੇਪਾਲ। ਠੀਕ ਹੈ, ਨੇਪਾਲ ਦੇ ਨਾਲ ਹੀ ਤੁਸੀਂ ਜਦੋਂ ਥੋੜ੍ਹਾ ਜਿਹਾ ਨਾਲ ਜਾਂਦੇ ਆ, ਨੇਪਾਲ ਦੇ ਨਾਲ ਹੀ ਕੀ ਹੈ ਜੀ? ਭੂਟਾਨ। ਭੂਟਾਨ ਛੋਟਾ ਜਿਹਾ ਗੁਆਂਢੀ ਦੇਸ਼ ਹੈ ਸਾਡਾ ਇਹ ਵੀ। ਠੀਕ ਹੈ, ਔਰ ਇਹ ਇੱਥੇ ਹੀ ਨੇਪਾਲ ਦੇ ਨਾਲ ਹੀ, ਇਹ ਤੁਹਾਨੂੰ ਸਿੱਕਮ ਦੇ ਨਾਲ ਹੀ ਦੂਸਰੀ ਸਾਈਡ ਜਿਹੜਾ ਹੈਗਾ ਸਾਡਾ ਰਾਜ ਹੈ ਸਿੱਕਮ, ਦੇਸ਼ ਦੀ ਸਭ ਤੋਂ ਘੱਟ ਜਿੱਥੇ ਕਹਿ ਲਓ ਕਿ ਆਬਾਦੀ ਹੈ, ਤਾਂ ਉਹਦੇ ਨਾਲ ਹੀ ਹੈ ਭੂਟਾਨ। ਠੀਕ ਹੈ, ਤਾਂ ਇਹ ਬਿਲਕੁਲ ਇੱਥੇ ਨੇਪਾਲ ਦੇ ਨਾਲ ਹੀ ਤੁਹਾਨੂੰ ਭੂਟਾਨ ਹੈ ਜਿਹੜਾ ਉਹ ਦਿਖਾਈ ਦੇਵੇਗਾ। ਲਓ ਜੀ, ਇਹ ਭੂਟਾਨ ਹੈ। ਇਹਨੂੰ ਥੋੜ੍ਹਾ ਜਿਹਾ ਜ਼ੂਮ ਕਰਕੇ ਅਗਰ ਅਸੀਂ ਕੁਛ
ਠੀਕ ਹੈ ਜੀ, ਇਹ ਭੂਟਾਨ ਹੈ। ਅਗਰ ਮੈਂ ਮਤਲਬ ਇੱਥੇ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਆਵੇ ਤਾਂ ਅਸੀਂ ਇਸ ਨੂੰ ਇੱਕ ਐਰੋ ਦੇ ਸਕਦੇ ਹਾਂ, ਠੀਕ ਹੈ, ਇਹ ਭੂਟਾਨ ਹੈ ਜੀ, ਠੀਕ ਹੈ, ਛੋਟਾ ਜਿਹਾ ਐਰੋ ਜਿਹੜਾ ਹੈਗਾ ਦੇ ਕੇ ਤੁਹਾਨੂੰ ਕਲੀਅਰ ਕੀਤਾ ਜਾਂਦਾ ਹੈ, ਠੀਕ ਹੈ, ਇਹ ਭੂਟਾਨ ਹੈ। ਆਈ ਹੋਪ ਕਿ ਤੁਹਾਨੂੰ ਇਹ ਅੰਡਰਸਟੈਂਡ, ਨਾਲ ਨਾਲ ਅਭਿਆਸ ਜ਼ਰੂਰੀ ਹੈ। ਦੇਖੋ ਮੈਪ ਕਰਨਾ ਕੋਈ ਔਖਾ ਨਹੀਂ ਹੈ, ਬਟ ਮੈਪ ਦੇ ਲਈ ਕੀ ਹੈ, ਅਭਿਆਸ ਸਭ ਤੋਂ ਵੱਧ ਮੰਗਦਾ ਹੈ ਮੈਪ, ਠੀਕ ਹੈ ਜੀ। ਉਸ ਤੋਂ ਬਾਅਦ ਔਰ ਬੜੇ ਈਜ਼ੀ ਹੈ ਨੰਬਰ ਲੈਣੇ, ਛੇਵੀਂ ਤੋਂ ਏਟਥ ਕਲਾਸ ਤੱਕ ਗੱਲ ਕਰੀਏ ਪੀ ਐੱਸ ਸੀ ਬੀ ਬੋਰਡ ਦੇ ਵਿੱਚ। ਬੰਗਲਾਦੇਸ਼ ਸਭ ਤੋਂ ਵੱਧ ਜਿਹਦੇ ਨਾਲ ਸਾਡੀ ਕੀ ਆ ਬਾਉਂਡਰੀ ਸਾਂਝੀ ਹੁੰਦੀ ਹੈ, ਜੇ ਪੁੱਛ ਲਵੇ ਕੋਈ, ਠੀਕ ਹੈ ਜੀ। ਤਾਂ ਬੰਗਲਾਦੇਸ਼ ਹੈ ਜੀ ਇਹ ਵਾਲਾ, ਠੀਕ ਹੈ। ਆਈ ਹੋਪ ਕਿ ਤੁਹਾਨੂੰ ਬੰਗਲਾਦੇਸ਼ ਕਲੀਅਰ ਦਿਖਦਾ ਹੋਏਗਾ। ਲਓ ਜੀ, ਠੀਕ ਹੈ, ਇਹ ਹੈ ਬੰਗਲਾਦੇਸ਼। ਔਰ ਅੱਗੇ ਸਾਡਾ ਗੁਆਂਢੀ ਦੇਸ਼ ਆਪਾਂ ਜਿਹਦੀ ਗੱਲ ਕਰਾਂਗੇ ਕਿਹੜਾ ਹੈਗਾ ਜੀ, ਮਿਆਂਮਾਰ, ਠੀਕ ਹੈ ਜੀ, ਮਿਆਂਮਾਰ, ਠੀਕ ਹੈ, ਮਿਆਂਮਾਰ ਜਾਂ ਮਿਆਂਮਾਰ ਕਰਕੇ ਜਿਹੜਾ ਹੈਗਾ ਸਾਡਾ ਇੱਕ ਗੁਆਂਢੀ ਦੇਸ਼ ਹੈ, ਠੀਕ ਹੈ। ਲਓ ਜੀ, ਇਹ ਇਸ ਸਾਈਡ ਰਹਿ ਗਿਆ ਜੀ, ਇਹ ਇੱਥੇ ਹੈ ਜੀ ਮਿਆਂਮਾਰ, ਠੀਕ ਹੈ, ਓਕੇ। ਤੋ ਅੱਗੇ ਚੱਲਦੇ ਹਾਂ, ਨੈਕਸਟ ਦੇਖੋ, ਇੱਕ ਰਹਿ ਗਿਆ ਜੀ ਸ਼੍ਰੀ ਲੰਕਾ, ਠੀਕ ਹੈ, ਇੱਥੇ ਅਸੀਂ ਭਰਾਂਗੇ ਬੇਟਾ ਨੀਚੇ ਸ਼੍ਰੀ ਲੰਕਾ, ਠੀਕ ਹੈ, ਇਹਦੇ ਨਾਲ ਬਾਉਂਡਰੀ ਕਲੀਅਰ ਹੁੰਦੀ ਹੈ ਸਾਡੀ, ਪਾਣੀ ਦੇ ਵਿੱਚ ਵਾਟਰ ਬਾਉਂਡਰੀ ਹੁੰਦੀ ਹੈ ਸ਼੍ਰੀ ਲੰਕਾ, ਠੀਕ ਹੈ। ਤੋ ਇਹ ਹੈ ਸਾਡਾ ਸ਼੍ਰੀ ਲੰਕਾ ਜੀ, ਠੀਕ ਹੈ, ਲਓ ਜੀ, ਠੀਕ ਹੈ, ਤੋ ਇਹ ਸਾਡੇ ਗੁਆਂਢੀ ਦੇਸ਼ ਹੈ, ਠੀਕ ਹੈ। ਫਿਲਹਾਲ ਤੁਸੀਂ ਇਹਨਾਂ ਨੂੰ ਕਾਊਂਟ ਵੀ ਕਰ ਸਕਦੇ ਹੋ, ਇੱਕ ਹੋ ਗਿਆ ਜੀ ਪਾਕਿਸਤਾਨ ਹੋ ਗਿਆ, ਅਫਗਾਨਿਸਤਾਨ ਹੋ ਗਿਆ, ਚੀਨ ਹੋ ਗਿਆ, ਨੇਪਾਲ ਹੋ ਗਿਆ, ਭੂਟਾਨ ਹੋ ਗਿਆ, ਠੀਕ ਹੈ, ਬੰਗਲਾਦੇਸ਼ ਹੋ ਗਿਆ, ਮਿਆਂਮਾਰ ਹੋ ਗਿਆ, ਔਰ ਇੱਥੇ ਹੈ ਵਾਟਰ ਬਾਉਂਡਰੀ ਜਿਹਦੇ ਨਾਲ ਸਾਡੀ ਟੱਚ ਹੁੰਦੀ ਹੈ, ਠੀਕ ਹੈ, ਇਹਨੂੰ ਬੋਲਦੇ ਆ ਸ਼੍ਰੀ ਲੰਕਾ। ਇੱਕ ਇੱਥੇ ਹੀ ਨੀਚੇ ਇੱਕ ਵਾਟਰ ਬਾਉਂਡਰੀ ਟੱਚ ਹੁੰਦੀ ਹੈ ਮਾਲਦੀਵ ਕਰਕੇ, ਠੀਕ ਹੈ, ਕਈ ਵਾਰੀ ਉਹਦਾ ਜ਼ਿਕਰ ਵੀ ਆ ਜਾਂਦਾ ਹੈਗਾ। ਇੱਥੇ ਨੀਚੇ ਜਦੋਂ ਅੰਡੇਮਾਨ ਨਿਕੋਬਾਰ ਤੋਂ ਨੀਚੇ ਅਸੀਂ ਜਾਂਦੇ ਹਿੰਦ ਮਹਾਂਸਾਗਰ ਵਾਲੀ ਸਾਈਡ ਇੰਡੀਅਨ ਓਸੀਅਨ ਵੱਲ, ਤਾਂ ਇੱਥੇ ਇੱਕ ਵਾਟਰ ਬਾਡੀ ਟੱਚ ਹੁੰਦੀ ਹੈ ਮਾਲਦੀਵ ਕਰਕੇ। ਫਿਲਹਾਲ ਜਿਹੜਾ ਇਹ 8 ਜਿਹੜੇ ਗੁਆਂਢੀ ਦੇਸ਼ ਆ ਸਾਡੇ, ਇਹ ਸਾਨੂੰ ਈਜ਼ੀਲੀ ਔਰ ਇਸੇ ਤਰ੍ਹਾਂ ਹੀ ਸਾਨੂੰ ਚਾਹੇ ਬਲੈਂਕ ਮੈਪ ਮਿਲ ਜਾਵੇ ਉਹਦੇ ਨਾਲ ਨਾਲ ਅਸੀਂ ਜਿਹੜੇ ਇਹਨੂੰ ਬੜੇ ਈਜ਼ੀ ਵੇ ਦੇ ਨਾਲ ਜਿਹੜਾ ਇਹਨਾਂ ਨੂੰ ਭਰ ਸਕਦੇ ਹਾਂ, ਠੀਕ ਹੈ। ਅਗਰ 6 ਤੋਂ 10th ਤੱਕ ਜਿਹੜਾ ਹੈਗਾ, ਸੋਰੀ 8th ਤੱਕ ਮੈਂ ਤੁਹਾਨੂੰ ਜਿਵੇਂ ਦੱਸਿਆ, ਅਗਰ ਸਾਨੂੰ ਉਹਦੀਆਂ ਬਾਉਂਡਰੀਜ਼ ਕਲੀਅਰ ਹੋਣਗੀਆਂ, ਗੁਆਂਢੀ ਦੇਸ਼ ਕਲੀਅਰ ਹੋਣਗੇ ਤਾਂ ਕਾਫੀ ਜ਼ਿਆਦਾ। ਇਸੇ ਤਰ੍ਹਾਂ ਇਹਨਾਂ ਦੀਆਂ ਰਾਜਧਾਨੀਆਂ ਵੀ ਕਈ ਵਾਰੀ ਪੁੱਛ ਲਈਆਂ ਜਾਂਦੀਆਂ। ਫਿਲਹਾਲ ਜਿਹੜਾ ਸਾਡੇ ਸਟੈਂਡਰਡ ਦੇ ਵਿੱਚ ਹੈ ਸਿਲੇਬਸ ਦੇ ਵਿੱਚ, ਸਾਨੂੰ ਗੁਆਂਢੀ ਦੇਸ਼ ਜਿਹੜੇ ਆਪਣੇ ਜ਼ਰੂਰ ਪਤਾ ਹੋਣੇ ਚਾਹੀਦੇ, ਠੀਕ ਹੈ। ਉਸ ਤੋਂ ਅਗਲੀਆਂ ਵੀਡੀਓਜ਼ ਜਿਵੇਂ ਵੀ ਆਉਣਗੀਆਂ ਤੁਹਾਡੇ ਲਈ ਸ਼ੇਅਰ ਕਰਦੇ ਰਹਾਂਗੇ, ਠੀਕ ਹੈ। ਫਿਲਹਾਲ ਤੁਸੀਂ ਇਸ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਅਗਰ ਤੁਹਾਡਾ ਕੋਈ ਸੁਝਾਅ ਵੀ ਹੋਵੇ ਤਾਂ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਕਰੋ। ਅਗਰ ਕੋਈ ਪ੍ਰੋਬਲਮ ਆਈ ਹੈ, ਸਮਝ ਨਹੀਂ ਲੱਗੀ ਜਾਂ ਹੋਰ ਕਿਸੇ ਤਰੀਕੇ ਦੇ ਨਾਲ, ਠੀਕ ਹੈ, ਤਾਂ ਹੋਰ ਵਧੀਆ ਆਪਾਂ ਇਸ ਨੂੰ ਕਰਾਂਗੇ, ਠੀਕ ਹੈ ਜੀ। ਤੋ
ਠੀਕ ਹੈ ਜੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ, ਅਗਰ ਕੋਈ ਕਿਉਂਕਿ ਟਾਈਮ ਲੱਗਦਾ ਹੈਗਾ, ਸਮਾਂ ਜਾਂਦਾ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਤੁਹਾਡੇ ਲਈ ਹੁੰਦਾ ਇਹ ਤਾਂ ਇੱਕ ਐਪਰੀਸ਼ੀਏਸ਼ਨ ਹੁੰਦੀ ਹੈ, ਮੋਟੀਵੇਸ਼ਨ ਹੁੰਦੀ ਹੈ ਤੁਹਾਡੇ ਵੱਲੋਂ, ਉਹ ਬਸ ਉਹੀ ਚਾਹੀਦੀ ਹੁੰਦੀ ਹੈ। ਠੀਕ ਹੈ ਜੀ, ਹੋਰ ਕੋਈ ਕਹਿ ਲਓ ਕਿ ਕੋਈ ਡਿਮਾਂਡ ਨਹੀਂ ਹੈ ਬਸ, ਠੀਕ ਹੈ ਜੀ। ਤੋ ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਵੀਡੀਓ ਬਣਦੀ ਆਪਣੀ SST ਨਾਲ ਸੰਬੰਧਿਤ, ਮੈਪਸ ਨਾਲ ਸੰਬੰਧਿਤ, ਪੰਜਾਬ ਹਿਸਟਰੀ, ਇੰਡੀਆ ਹਿਸਟਰੀ, ਤਾਂ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਵੇ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨਵਾਦ ਜੀ।